ਸਸਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਹੈ ਲੱਭੂ ਦੀ ਜਿਹੜਾ ਕਿ ਸਾਨੂੰ ਲੱਭਿਆ ਸੀ ਨਿੱਕੀ ਨਿੱਕੀ ਖਰਬੂਜੀਆਂ ਨੂੰ ਰਗੜਦੇ ਲੱਭੂ ਨੂੰ ਦੇਖ ਪਾਪਾ ਦੇ ਅੰਦਰ ਦੀ ਇਨਸਾਨੀਅਤ ਜਾਗੀ ਫਿਰ ਅਗਲੇ ਦਿਨ ਮੇਰੇ ਅੰਦਰ ਦਾ ਬਲੌਗਰ ਤੇ ਸਾਡੇ ਸੰਵਾਦਾਤਾ ਸੁਖੀ ਨੇ ਪੂਰੀ ਵਾਰਦਾਤ ਦੀ ਰਿਕਾਰਡਿੰਗ ਕੀਤੀ ਲੱਭੂ ਵੀ ਕਹਿੰਦਾ ਹੁਣ ਹਿੱਲ ਗਏ ਇਹ ਮਾਨਵਤਾ ਹਿੱਲ ਗਏ ਕਿਉਂਕਿ ਅੱਜ ਦੇ ਜ਼ਮਾਨੇ 'ਚ ਕਿਸੇ ਦੀ ਵੀ ਮਦਦ ਕਰਨ ਤੋਂ ਪਹਿਲਾਂ ਦੋ ਚੀਜ਼ਾਂ ਦੀ ਸਖਤ ਅਵਸ਼ਕਤਾ ਪੈਂਦੀ ਹੈ ਪਹਿਲਾ ਇਨਸਾਨੀਅਤ ਦੂਜਾ ਕੈਮਰਾ ਲੱਭੂ ਦੀ ਮੰਮੀ ਪਾਪਾ ਨੇ ਜੰਮ ਕੇ ਸੇਵਾ ਕੀਤੀ ਤੇ ਸੁਖੀ ਨੇ ਸਿਰਫ ਰਿਕਾਰਡਿੰਗ ਸਾਡੀ ਮਿਲਨ ਸਰ 루ਸੀ ਨੇ ਵੀ ਹਰਸ਼ੂ ਲਾਸ ਦੇ ਨਾਲ ਲੱਭੂ ਦਾ ਅਭਿਨੰਦਨ ਕੀਤਾ ਪਰ ਪਤੰਦਰ ਲੱਭੂ ਦੀ ਮਾਂ ਨੇ ਵੀ ਉਹਨੂੰ ਕੋੜੇ ਕਰੇਲੇ ਖਾ ਕੇ ਜੰਮਿਆ ਸੀ ਖਾਣ ਦਾ ਸ਼ੌਕੀਨ ਲੱਭੂ ਗੱਲ-ਗੱਲ ਤੇ ਖਾਣ ਨੂੰ ਪੈਂਦਾ ਸੀ ਇਹਨੂੰ ਠੀਕ ਕਰਨ ਵਾਸਤੇ ਅਸੀਂ ਕਿੰਨੀ ਹੀ ਸ਼ਾਓਲਿਨ ਟੈਕਨੀਕਸ ਦਾ ਇਸਤੇਮਾਲ ਕੀਤਾ ਪਰ ਲੱਭੂ ਤਾਂ ਦੁਨੀਆ ਤੇ ਖਾਣਾ ਮਕੂਨ ਆਇਆ ਸੀ ਇਹਨੂੰ ਦੇਖ ਕੇ ਮੰਮੀ ਵੀ ਕਹਿੰਦੀ ਇਹ ਤਾਂ ਕਿ ਟੋਆ ਸਿንስ ਵੀ ਆਰ ਵੈਰੀ ਗੁੱਡ ਹਿਊਮਨ ਬੀਇੰਗਸ ਲੱਭੂ ਨੂੰ ਠੀਕ ਕਰਨ ਵਾਸਤੇ ਅਸੀਂ ਕਿੰਨੇ ਮੁਰਗੀਆਂ ਦਾ ਬਲੀਦਾਨ ਦਿੱਤਾ ਮੁਰਗੀ ਦੇ ਅਨੇਕ ਹੀ ਆਂਡੇ ਦਾ ਅਬੋਰਸ਼ਨ ਕਰਵਾਇਆ ਕਿੰਨੀ ਹੀ ਜੜੀ ਬੂਟੀਆਂ ਕਰਾਈਆਂ ਤਾਂ ਕਿ ਲੱਭੂ ਇੱਕ ਵਾਰ ਫਿਰ ਤੋਂ ਬੀਟ ਤੇ ਬੂਟੀ ਫਿਰ ਕਾ ਸਕੇ ਇੰਨੀ ਸੇਵਤ ਅਸੀਂ ਕਦੇ ਆਪਣੇ ਸਗੇ ਫੁੱਫੜ ਦੀ ਨਹੀਂ ਕੀਤੀ ਇੰਨੀ ਨਾਤੋ ਕੇ ਮਲਛਾ ਦਾ ਗਾਮੇ ਪਹਿਲਵਾਨੇ ਵੀ ਨਹੀਂ ਕਰਾਈਆਂ ਹੋਣੀਆਂ ਸਾਡੇ ਕਿੰਨੇ ਹੀ ਪ੍ਰਯਤਨਾਂ ਤੋਂ ਬਾਅਦ ਲੱਭੂ ਚੱਲਣ ਦਾ ਨਾਮ ਹੀ ਨਹੀਂ ਲੈਂਦਾ ਸੀ ਇੱਧਰ ਲੱਭੂ ਜਵਾਨ ਹੋ ਰਿਹਾ ਸੀ ਤੇ ਸਾਡੀ 루ਸੀ ਵੀ ਕੁਵਾਰੀ ਸੀ ਕਿਉਂਕਿ 루ਸੀ ਲਈ ਤਾਂ ਸਾਨੂੰ ਖਾਨਦਾਨੀ ਘਰ ਜਵਾਈ ਹੀ ਚਾਹੀਦਾ ਸੀਗਾ ਇਸ ਤੋਂ ਪਹਿਲਾਂ ਲੱਭੂ ਕੋਈ ਚੰਨ ਛਾੜੇ ਅਸੀਂ ਮੰंजे ਤੇ ਛਾੜ ਕੇ ਇਹਦੀ ਫਿਜ਼ੀਓਥੈਰੇਪੀ ਸ਼ੁਰੂ ਕਰਤੀ ਲੱਭੂ ਨੂੰ ਕਤੀ ਰੋਕੀ ਬਲਬੂਆ ਬਣਾਤਾ ਪਰ ਲੱਭੂ ਦੇ ਅੰਦਰ ਦੀ ਟੀਟਵਿਲ ਪਰ ਰੋਟੀ ਖਾ ਕੇ ਘਰਾੜੇ ਮਾਰ ਕੇ ਸੋਈ ਪਈ ਸੀ। ਕਰੀਬ 3 ਮਹੀਨੇ ਬਾਅਦ ਜਦੋਂ ਸੁੱਕੀ ਰਾਤ ਨੂੰ ਪਾਣੀ ਪੀਣ ਉੱਠਿਆ ਤਾਂ ਕੀ ਦੇਖਦਾ? ਲੱਭੂ ਬੜਾ ਹੀ ਸਕੀਮੀ ਨਿਕਲਿਆ। ਇਹ ਤਾਂ ਆਵਾਰਾ ਪਾਗਲ دیਵਾਨਾ ਦੇ ਸੁਨੀਲ ਚੱਟੀ ਤੋਂ ਵੀ ਅੱਗੇ ਨਿਕਲਿਆ। ਲੱਭੂ ਡੱਡੂਆਂ ਵਾਂਗ ਟਪੂਸੀਆਂ ਮਾਰ-ਮਾਰ ਕੇ ਛਿਪਕਲੀਆਂ ਦੇ ਮਗਰ ਭੱਜ ਰਿਹਾ ਸੀ। ਸੋ ਲੱਭੂ ਨੂੰ ਤੁਰਦਾ ਕਰਕੇ ਅਸੀਂ ਨੀਅਰਬੈ ਮਸਜਿਦ ਦੇ ਕੋਲੇ ਛੱਡਿਆ ਜਿੱਥੇ ਕਿ ਬਾਕੀ ਕੁੱਤਿਆਂ ਦਾ ਵੀ ਚੰਗਾ ਰੱਖ-ਖਾਲਾਫ ਕੀਤਾ ਜਾਂਦਾ ਹੈ। ਸੋ ਇਸੇ ਪ੍ਰਕਾਰ ਲੱਭੂ ਦੀ ਕਹਾਣੀ ਸਮਾਪਤ ਹੁੰਦੀ ਹੈ। ਥੈਂਕ ਯੂ ਸੋ ਮ